ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ April ਪੰਜਾਬੀ ਐਡੀਸ਼ਨਲ ਐਗਜ਼ਾਮ ਦੇ ਰਿਗਾਰਡਿੰਗ ਡਿਸਕਸ ਕਰਾਂਗੇ ਉਹਦੀ ਜਿਹੜੀ ਰੈਜਿਸਟ੍ਰੇਸ਼ਨ ਹੈ ਉਹ ਸਟਾਰਟ ਹੋ ਗਈ ਹੈ ਸੋ ਪ੍ਰੂਫ ਦੇ ਲਈ ਆਪਾਂ ਅਫੀਸ਼ੀਅਲ ਵੈਬਸਾਈਟ ਤੇ ਚਲਦੇ ਹਾਂ ਜਾਣ ਤੋਂ ਆ ਮੋਬਾਈਲ ਦੇ ਵਿੱਚ ਵੈਬਸਾਈਟ ਓਪਨ ਕੀਤੀ ਹੈ ਡੈਸਕਟਾਪ ਦੇ ਲਈ ਓਪਨ ਕਰਨੇ ਵਾਸਤੇ 3 ਡਾਟਸ ਤੇ ਕਲਿੱਕ ਕਰਕੇ ਤੁਸੀਂ ਡੈਸਕਟਾਪ ਸਾਈਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਆਨਲਾਈਨ ਫਾਰਮਸ ਇੱਥੇ ਤੁਸੀਂ ਦੇਖ ਸਕਦੇ ਹੋ ਆ ਰਿਹਾ ਆਨਲਾਈਨ ਫਾਰਮਸ ਤੁਸੀਂ ਇਹਦੇ ਵਿੱਚ ਕਲਿੱਕ ਕਰ ਦੇਣਾ ਆ ਪਹਿਲਾ ਹੀ ਲਿੰਕ ਹੈ ਜਦੋਂ ਆਪਾਂ ਇਹਦੇ ਉੱਪਰ ਕਲਿੱਕ ਕਰਦੇ ਹਾਂ ਫਰਦਰ ਅੱਗੇ ਨਿਊ ਲਿੰਕ ਖੁੱਲਦਾ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਇਨ ਕਰ ਦਿੰਦਾ ਥਿਸ ਵਨ ਆਨਲਾਈਨ ਥਿਸ ਵਨ ਐਗਜ਼ਾਮੀਨੇਸ਼ਨ ਫਾਰਮ ਫॉर ਐਡੀਸ਼ਨਲ ਸਪੈਸ਼ਲ ਐਗਜ਼ਾਮ ਅਪ੍ਰੈਲ 2021 ਇਹ ਇਹਨਾਂ ਦੀ ਅਪਡੇਟ ਕਰਦੀ ਹੈ ਠੀਕ ਹੈ ਅੱਜ ਮੈਂ ਵੀਡੀਓ ਅਪਲੋਡ ਕਰਦਾ ਪਿਆ ਇਹਨੂੰ ਓਪਨ ਕਰਨ ਦੇ ਲਈ ਆਪਾਂ ਇਹਦੇ ਉੱਪਰ ਕਲਿੱਕ ਕਰਦੇ ਹਾਂ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹਦਾ ਪ੍ਰੈਸ ਰਿਲੀਜ਼ ਦੱਸਦਾ ਆ ਵਾਲਾ ਪ੍ਰੈਸ ਰਿਲੀਜ਼ ਹੈ ਇਹਦੇ ਵਿੱਚ ਹੈ ਕੀ ਹੈ ਉਹ ਦੇਖ ਲੈਣਾ ਫਾਰਮ ਕਿਦਾਂ ਫਿਲ ਕਰਨਾ ਹੈ ਉਹਦੀ ਵੀਡੀਓ ਆਪਾਂ ਆਲਰੇਡੀ ਅਪਲੋਡ ਕੀਤੀ ਹੋਈ ਹੈ ਜਨਵਰੀ ਵਾਲੇ ਦੀ ਇਹਦੀ ਆਪਾਂ ਜਲਦੀ ਅਪਲੋਡ ਕਰ ਲੈਣੀ ਹੈ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਪ੍ਰੋਪਰ ਸਟੈਪਸ ਦੇਖ ਲੈਣਾ ਫਾਰਮ ਫਿਲ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅਦਰ ਸਟੇਟ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਆਪਾਂ ਇਸ ਵੀਡੀਓ ਦੇ ਵਿੱਚ ਦੱਸ ਦੇਣਾ ਸੋ ਜ਼ਰੂਰ ਗਰੁੱਪ ਨੂੰ ਵੀ ਜੁਆਇਨ ਕਰਨਾ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਅਪਡੇਟਸ ਆਪਾਂ ਲੈ ਕੇ ਆਨੇ ਰਹੇ ਹਾਂ ਦੱਸਿਆ ਜੀ 10ਵੀਂ ਪੱਧਰ ਦੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਸੰਬੰਧੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੈਸ਼ਨ 22 23 ਦੀ ਪਹਿਲੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ 28 4 2022 ਤੋਂ 29 4 2022 ਮਤਲਬ 28 ਅਪ੍ਰੈਲ ਅਤੇ 29 ਅਪ੍ਰੈਲ ਨੂੰ ਤੁਹਾਡਾ ਐਗਜ਼ਾਮ ਹੋਣਾ ਹੈ ਦਾ ਪੰਜਾਬੀ A ਅਤੇ ਪੰਜਾਬੀ B ਦੋ ਦਿਨ ਐਗਜ਼ਾਮ ਹੁੰਦਾ ਹੈ ਅਤੇ ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ ਮਿਤੀ 1 4 2022 ਤੋਂ ਉਪਲਬਧ ਹੋਣਗੇ ਅਤੇ ਦੱਸਿਆ ਕਿ ਵੈਬਸਾਈਟ ਤੇ ਜਿਹੜੇ ਤੁਹਾਡੇ ਪ੍ਰੀਖਿਆ ਫਾਰਮ ਹੈ 1 4 ਮਤਲਬ ਅਪ੍ਰੈਲ ਤੋਂ ਸ਼ੁਰੂ ਹੈ ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 18/4/2022 ਤੱਕ ਸਿੰਗਲ ਵਿੰਡੋ ਮੁੱਖ ਦਫ਼ਤਰ ਪੰਜਾਬ ਸੂਲਕਾ ਬੋਰਡ ਸਾਹਿਬਜ਼ਾਦਾ ਅਜੀਤ ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ ਤੇ ਇਹਦੇ ਤੁਸੀਂ ਜਿਹੜਾ ਐਗਜ਼ਾਮ ਹੈ ਤੁਹਾਡਾ ਉੱਥੇ ਹੋਣਾ ਹੈ ਤਾਂ ਬਾਕੀ ਮੇਨ ਗੱਲਾਂ ਪੜਦੇ ਆਂ ਬੋਰਡ ਦੀ ਵੈਬਸਾਈਟ 22/4/2022 ਤੋਂ ਉਪਲਬਧ ਹੋਣਗੇ ਠੀਕ ਹੈ ਐਡਮਿਟ ਕਾਰਡ ਦਾ 22/4/2022 ਨੂੰ ਵੈਬਸਾਈਟ ਤੇ ਆ ਜਾਣੇ ਹਨ ਪ੍ਰੀਖਿਆ ਫਾਰਮ ਦਾ ਸਮਾਂ ਕਰਵਾਉਣ ਅਤੇ ਸਮੇਂ ਪ੍ਰੀਖਿਆ ਆਪਣੇ میٹرਿਕ ਪਾਸ ਦੇ ਅਸਲ ਸਰਟੀਫਿਕੇਟ ਫੋਟੋ ਪਛਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕ شدہ ਕਾਪੀਆਂ ਨਾਲ ਲੈ ਕੇ ਆਉਣਾ ਪ੍ਰੀਖਿਆ ਫਾਰਮ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਹੈ ਤਾਂ ਬਾਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਫਾਰਮ ਫਿਲ ਕਰ ਦਿੰਦੇ ਹੋ ਇਹਦੀ ਹਾਰਡ ਕਾਪੀ ਤੁਹਾਨੂੰ ਜਮ੍ਹਾਂ ਕਰਾਉਣੀ ਪੈਂਦੀ ਹੈ ਸੋ ਇਹ ਸੀ ਪੂਰੀ ਅਪਡੇਟ ਇਸ ਰਿਗਾਰਡਿੰਗ ਹੋਰ ਕੋਈ ਵੀ ਕਿਊਰੀ ਜਾਂ ਕੁਐਸਚਨ ਹੁੰਦਾ ਹੈ ਉਹ ਤੁਸੀਂ ਸਾਨੂੰ WhatsApp ਤੇ ਜਾਂ Facebook ਤੇ ਮੈਸੇਜ ਕਰ ਸਕਦੇ ਹੋ ਬਾਕੀ ਜਿਨ੍ਹਾਂ ਬੱਚਿਆਂ ਦੇ ਪ੍ਰੀਵੀਅਸ ਇਗਜ਼ਾਮ ਰਹਿ ਗਏ ਸੀ ਉਹ ਫਿਲਹਾਲ ਉਹ ਵੀ ਇੱਕ ਵਾਰ ਆਪਣਾ ਰੋਲ ਨੰਬਰ ਡਾਊਨਲੋਡ ਕਰਕੇ ਦੇਖ ਲੈਣ ਕਿ ਇਹਦੇ ਵੀ ਚੰਦਾ ਕ ਨਹੀਂ ਆਂਦਾ ਕਰਨੀ ਆਂਦਾ ਤੁਸੀਂ ਅਹੀ ਇਗਜ਼ਾਮ ਦੇ ਨਾਲ ਆਪਣਾ ਫਾਰਮ ਫਿਲ ਕਰਨਾ ਫੀਸ ਇਹਨਾਂ ਦੀ 3000 ਸਮਥਿੰਗ ਹੈ ਫੀਸ ਕਾਫੀ ਜ਼ਿਆਦਾ ਰੱਖੀ ਹੋਈ ਹੈ ਤਾਂ ਬਾਕੀ ਫਾਰਮ ਕਿਦਾਂ ਫਿਲ ਕਰਨਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੱਸ ਦੇਣਾ ਸੋ ਇਦਾਂ ਦੀ ਵੀਡੀਓਸ ਵਾਸਤੇ ਜ਼ਰੂਰ ਸਾਨੂੰ ਜੁਆਇਨ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫਾਰ ਫਿਊਚਰ ਅਪਡੇਟਸ ਅਤੇ ਸਾਡੇ WhatsApp ਗਰੁੱਪ ਨੂੰ ਜ਼ਰੂਰ ਜੁਆਇਨ ਕਰਨਾ ਉਹਦੇ ਵਿੱਚ ਆਪਾਂ ਨੋਟਸ ਵਗੈਰਾ ਅਪਲੋਡ ਕਰਦੇ ਰਹਿੰਨੇ ਆ ਪ੍ਰੀਵੀਅਸ ਕੁਐ ਜੋ ਤੁਹਾਨੂੰ ਅਲਦੀ ਜਾਨਣਾ کافی ਜ਼ਿਆਦਾ ਇੰਪੋਰਟੈਂਟ ਵੀ ਹੁੰਦਾ ਹੈ ਤੇ ਤੁਹਾਨੂੰ ਇਗਜ਼ਾਮ ਵਿੱਚ ਵੀ ਕਾਫੀ ਜ਼ਿਆਦਾ ਹੈਲਪ ਹੁੰਦੀ ਹੈ ਸੋ ਫਰੈਂਡਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫੋਰ ਫਿਊਚਰ ਅਪਡੇਟਸ ਐਂਡ ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੋਰ ਵੈਲਿਊਅਬਲ ਟਾਈਮ